ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਅਵਰ ਚੈਨਲ ਡੀ ਕੇ ਪੰਜਾਬੀ ਰਸੋਈ। ਅੱਜ ਅਸੀਂ ਆਪਣੇ ਕਿਚਨ ਵਿੱਚ ਕੋਈ ਡਿਫਰੈਂਟ ਬਣਾ ਰਹੇ ਹਾਂ। ਅੱਜ ਅਸੀਂ ਬਣਾਵਾਂਗੇ ਆਪਣੇ ਕਿਚਨ ਦੇ ਵਿੱਚ ਪੀਜ਼ਾ ਬਾਈਟਸ, ਜਿਹਦੇ ਵਾਸਤੇ ਅਸੀਂ ਲਿਆ ਹੈ ਪਾਓ ਲਏ ਨੇ, ਜੋ ਅਸੀਂ ਨੋਰਮਲੀ ਪਾਓ ਭਾਜੀ ਨਾਲ ਅਸੀਂ ਖਾਂਦੇ ਹਾਂ, ਜਿਨ੍ਹਾਂ ਨੂੰ ਪਾਓ ਲਏ ਆ ਜੋ ਮਾਰਕੀਟ ਤੋਂ ਈਜ਼ਲੀ ਅਵੇਲੇਬਲ। ਉਸ ਤੋਂ ਇਲਾਵਾ ਅਸੀਂ ਪੀਜ਼ਾ ਪਾਸਤਾ ਸੌਸ ਲਈ ਹੈ ਮਾਰਕੀਟ ਵਾਲੀ। ਉਸ ਤੋਂ ਇਲਾਵਾ ਗ੍ਰੀਨ ਐਂਡ ਯੈਲੋ ਕੈਪਸੀਕਮ ਜੋ ਪਹਿਲਾਂ ਹੀ ਅਸੀਂ ਇਹਨੂੰ ਚੌਪ ਕਰ ਲਿਆ ਸੀ ਛੋਟਾ ਛੋਟਾ, ਨਾਲ ਟਮਾਟੋ ਨੇ ਇਹ ਵੀ ਚੌਪ ਕਰ ਲਏ ਸੀ, ਓਲਿਵਸ ਨੇ, ਓਨੀਅਨਸ ਨੇ ਇਹ ਵੀ ਚੌਪ ਕਰ ਲਏ ਸੀ, ਉਸ ਤੋਂ ਇਲਾਵਾ ਕੌਰਨ ਹੈ, ਅਤੇ ਬਾਕੀ ਤੁਹਾਨੂੰ ਪੁੱਛਦਾ ਸੀ ਸਾਡੇ ਪੀਜ਼ਾ ਵਾਸਤੇ ਪੀਜ਼ਾ ਚੀਜ਼ ਲਿਆ ਹੈ ਉੱਪਰ ਪਾਉਣ ਨੂੰ, ਸ਼੍ਰੈਡਡ ਚੀਜ਼ ਜਿਹਨੂੰ ਅਸੀਂ ਕਹਿੰਦੇ ਹਾਂ, ਮਾਰਕੀਟ ਤੋਂ ਅਵੇਲੇਬਲ ਆ ਉਹ ਅਸੀਂ ਲਿਆ ਹੈ। ਸੋ ਫਰੈਂਡ ਸਟਾਰਟ ਕਰਦੇ ਹਾਂ। ਪਹਿਲਾਂ ਫਰੈਂਡ ਅਸੀਂ ਜੋ ਅਸੀਂ ਪਾਓ ਲਏ ਨੇ ਇਹਨਾਂ ਨੂੰ ਅਸੀਂ ਮਿਡਲ ਵਿੱਚੋਂ ਇੱਥੋਂ ਕੱਟ ਕਰ ਲਾਂਗੇ, ਤਾਂ ਜੋ ਸਾਈਡ 'ਤੇ ਟੋਪਿੰਗ ਕਰਾਂਗੇ। ਸੋ ਫਰੈਂਡਸ ਮਿਲਦੇ ਹਾਂ। ਹਾਂਜੀ ਦੋਸਤੋ, ਜਿੱਦਾਂ ਤੁਸੀਂ ਦੇਖ ਸਕਦੇ ਹੋ ਅਸੀਂ ਪਾਓ ਜੋ ਲਿਆ ਸੀ ਅਸੀਂ ਇਹਨੂੰ ਮਿਡਲ ਵਿੱਚੋਂ ਪੂਰਾ ਪ੍ਰੋਪਰ ਕੱਟ ਲਿਆ ਹੈ। ਇਹਨੂੰ ਅਸੀਂ ਹੁਣ ਮਾਈਕ੍ਰੋਵੇਵ ਵਿੱਚ ਥੋੜ੍ਹਾ ਇਹਦੀ ਜਿਹੜੀ ਦੂਸਰੀ ਸਾਈਡ ਆ ਉਲਟੀ ਸਾਈਡ ਇਹਨੂੰ ਇੱਦਾਂ ਰੱਖਾਂਗੇ, ਅਤੇ ਇਹਨੂੰ ਮਾਈਕ੍ਰੋਵੇਵ ਗ੍ਰਿਲ ਮੋਡ 'ਤੇ ਕਰਕੇ ਮਾਈਕ੍ਰੋਵੇਵ ਨੂੰ, ਅਤੇ ਇਹਦੀ ਜਿਹੜੀ ਆ ਓਪੋਜ਼ਿਟ ਸਾਈਡ ਆ ਇਹਨੂੰ ਅਸੀਂ ਗ੍ਰਿਲ ਕਰਾਂਗੇ, ਤਾਂ ਕਿ ਜਿਹੜੀ ਨੀਚੇ ਵਾਲੀ ਸਾਈਡ ਹੋਵੇ ਪੀਜ਼ਾ ਬਾਈਟਸ ਦੀ ਉਹ ਵੀ ਪੂਰੀ ਕ੍ਰਿਸਪੀ ਹੋ ਜਾਏ, ਸੌਫਟ ਨਾ ਰਹੇ। ਸੋ ਇਹਨੂੰ ਅਸੀਂ ਰੱਖਦੇ ਹਾਂ ਇਹਦੇ ਵਿੱਚ, ਇਹਨੂੰ ਅਸੀਂ ਪਹਿਲਾਂ ਗ੍ਰਿਲ ਮੋਡ 'ਤੇ ਕਰਾਂਗੇ। ਗ੍ਰਿਲ ਮੋਡ ਤੋਂ ਕਰਨ ਤੋਂ ਬਾਅਦ ਇਸਨੂੰ 3 ਤੋਂ 4 ਮਿੰਟ ਵਾਸਤੇ ਗ੍ਰਿਲ ਕਰਾਂਗੇ। ਸੋ ਹਾਂਜੀ, ਜਿੱਦਾਂ ਤੁਸੀਂ ਦੇਖ ਸਕਦੇ ਹੋ ਅਸੀਂ ਪੀਜ਼ਾ ਬਾਈਟਸ ਬਣਾਉਣੇ, ਉਹਦੇ ਲਈ ਅਸੀਂ ਲਈ ਸੀ ਪਾਓ ਲਏ ਸੀ, ਦੂਸਰੀ ਸਾਈਡ ਤੋਂ ਅਸੀਂ ਪ੍ਰੋਪਰ ਗ੍ਰਿਲ ਕਰ ਲਿਆ, ਜਿਵੇਂ ਪੂਰਾ ਕ੍ਰਿਸਪੀ ਹੋ ਗਿਆ ਐਂਡ ਪੂਰਾ ਤੁਸੀਂ ਦੇਖ ਸਕਦੇ ਹੋ ਗੋਲਡਨ ਬਰਾਊਨ ਹੋ ਗਿਆ। ਹੁਣ ਆਪਾਂ ਇਹ ਵਾਲੀ ਸਾਈਡ ਜੋ ਇਹਨੂੰ ਫਲਿੱਪ ਕਰਕੇ ਥੱਲੇ ਕਰ ਲਾਂਗੇ, ਅਤੇ ਟੋਪਿੰਗ ਵਾਸਤੇ ਦੂਸਰੀ ਸਾਈਡ ਨੂੰ ਉੱਪਰ ਕਰ ਲਾਂਗੇ। ਹੁਣ ਅਸੀਂ ਸਭ ਤੋਂ ਪਹਿਲਾਂ ਇਸ ਦੇ ਉੱਪਰ ਲਗਾਵਾਂਗੇ ਪੀਜ਼ਾ ਪਾਸਤਾ ਸੌਸ, ਅੱਛੀ ਤਰ੍ਹਾਂ ਕਵਰ ਕਰਾਂਗੇ ਤਾਂ ਕਿ ਵਧੀਆ ਟੇਸਟ ਆਵੇ, ਅੱਛੀ ਤਰ੍ਹਾਂ ਪੀਜ਼ਾ ਪਾਸਤਾ ਸੌਸ ਨਾਲ ਅਸੀਂ ਕਵਰ ਕਰ ਲਾਂਗੇ। ਇਸ ਤੋਂ ਬਾਅਦ ਅਸੀਂ ਇਹਦੇ ਉੱਪਰ ਥੋੜ੍ਹਾ ਚੀਜ਼ ਪਹਿਲਾਂ ਐਡ ਕਰਾਂਗੇ, ਥੋੜ੍ਹਾ ਟੋਪਿੰਗ ਤੋਂ ਪਹਿਲਾਂ ਵੀ ਐਡ ਕਰਾਂਗੇ, ਥੋੜ੍ਹਾ ਟੋਪਿੰਗ ਕਰਨ ਤੋਂ ਬਾਅਦ ਐਂਡ ਵਿੱਚ ਵੀ ਉੱਪਰੋਂ ਚੀਜ਼ ਐਡ ਕਰਾਂਗੇ ਵਧੀਆ ਟੇਸਟ ਵਾਸਤੇ। ਇਹ ਬਣਨਗੇ ਹਨੀ ਯਾਨੀ ਕਿ ਪੀਜ਼ਾ ਬਾਈਟਸ, ਪੀਜ਼ਾ ਬਾਈਟਸ। ਇਸ ਤੋਂ ਬਾਅਦ ਅਸੀਂ ਇਹਦੇ ਉੱਪਰ ਪਹਿਲਾਂ ਸਭ ਤੋਂ ਪਹਿਲਾਂ ਓਨੀਅਨ ਦੀ ਟੋਪਿੰਗ ਕਰਾਂਗੇ, ਓਨੀਅਨਸ ਪਾਵਾਂਗੇ, ਥੋੜ੍ਹੇ ਜ਼ਿਆਦਾ ਵੀ ਨਹੀਂ ਪਾਵਾਂਗੇ ਕਿਉਂਕਿ ਅਸੀਂ ਸਾਰੀਆਂ ਹੋਰ ਵੀ ਵੈਜੀਟੇਬਲ ਲਈਆਂ ਨੇ ਉਹ ਵੀ ਪਾਉਣੀਆਂ ਨੇ, ਓਨੀਅਨ ਜ਼ਿਆਦਾ ਵੀ ਨਹੀਂ ਪਾਵਾਂਗੇ। ਉਸ ਤੋਂ ਬਾਅਦ ਟਮਾਟੋ ਪਾਵਾਂਗੇ ਥੋੜ੍ਹਾ, ਇਸ ਤਰ੍ਹਾਂ ਕਵਰ ਕਰ ਦਾਂਗੇ। ਉਸ ਤੋਂ ਬਾਅਦ ਅਸੀਂ ਕੈਪਸੀਕਮ ਪਾਵਾਂਗੇ, ਜਿਹੜੀ ਗ੍ਰੀਨ ਐਂਡ ਯੈਲੋ ਅਸੀਂ ਲਈ ਸੀ ਉਹਨੂੰ ਅੱਛੀ ਤਰ੍ਹਾਂ ਕਵਰ ਕਰਾਂਗੇ। ਉਸ ਤੋਂ ਬਾਅਦ ਅਸੀਂ ਜਿਹੜੀ ਕੌਰਨ ਹੈ ਕੌਰਨ ਥੋੜ੍ਹੀ ਐਡ ਕਰਾਂਗੇ, ਓਲਿਵਸ ਜਿਹੜੀਆਂ ਨੇ ਅਸੀਂ ਡਾਇਸਟ ਲਈਆਂ ਜੋ ਆਲਰੇਡੀ ਪਹਿਲਾਂ ਡਾਇਸਟ ਹੁੰਦੀਆਂ ਇਹਨਾਂ ਨੂੰ ਥੋੜ੍ਹਾ ਅਸੀਂ ਇੱਦਾਂ ਹੀ ਰੱਖ ਦਾਂਗੇ ਉੱਪਰ, ਇੱਕ ਤਾਂ ਵੈਸੇ ਵਧੀਆ ਲੱਗਦੀ ਨੇ ਪ੍ਰੈਜੈਂਟੇਸ਼ਨ ਵਾਸਤੇ, ਇੱਕ ਵੈਸੇ ਪ੍ਰੋਪਰ ਉੱਪਰ ਜੋ ਕਿ ਹਰ ਇੱਕ ਜਿਹੜੀ ਬਾਈਟ ਸਲਾਈਸ ਬਣੂਗੀ ਹਰ ਇੱਕ ਸਲਾਈਸ 'ਤੇ ਆਜੂਗੀ ਸਾਨੂੰ, ਇੱਕ ਇੱਕ ਪੀਸ ਜਾਂ ਦੋ ਦੋ ਪੀਸ ਜੋ ਵੀ। ਲੁੱਕ ਵਾਈਜ਼ ਬਹੁਤ ਜ਼ਿਆਦਾ ਸੋਹਣਾ ਲੱਗਣ ਦਿਆ ਗ੍ਰੀਨ ਐਂਡ ਯੈਲੋ। ਆਈ ਆਲਮੋਸਟ ਡਨ ਆ ਆਪਾਂ, ਹੁਣ ਬਸ ਇਹਦੇ ਉੱਪਰ ਚੀਜ਼ ਅਸੀਂ ਹੁਣ ਉੱਪਰ ਪ੍ਰੋਪਰ ਚੰਗੀ ਤਰ੍ਹਾਂ ਲੋਡ ਕਰਾਂਗੇ ਚੀਜ਼ ਨਾਲ, ਜੋ ਕਿ ਵੈਜੀਟੇਬਲ ਪੂਰੀਆਂ ਚੀਜ਼ ਦੇ ਵਿੱਚ ਚੀਜ਼ ਵੀ ਮੈਲਟ ਹੋ ਜਾਏ ਵੈਜੀਟੇਬਲ ਵੀ ਪੂਰੀਆਂ ਹੋ ਜਾਣ ਜਦੋਂ ਅਸੀਂ ਉਹਨੂੰ ਗ੍ਰਿਲ ਕਰੀਏ। ਚੀਜ਼ ਹੁਣ ਅਸੀਂ ਥੋੜ੍ਹਾ ਵੱਧ ਐਡ ਕਰਾਂਗੇ ਤਾਂ ਕਿ ਵੈਜੀਟੇਬਲ ਸਾਡੀਆਂ ਪ੍ਰੋਪਰ ਜੋ ਉੱਪਰ ਹੀ ਰਹਿਣ, ਟੋਪਿੰਗ ਸਾਡੀ ਖਰਾਬ ਨੀਚੇ ਨਾ ਹੋਵੇ ਬਾਅਦ ਬਣਨ ਤੋਂ ਬਾਅਦ। ਹੁਣ ਫਰੈਂਡਸ ਅਸੀਂ ਲਾਸਟ
फाइनल असीं ओरेगानो ते चिली फ्लेक्स लए सी जो कि पिज़्ज़ा विच वेरी इंपोर्टेंट रोल निभाते हैं चिली फ्लेक्स ये असीं पहले ओरेगानो स्प्रिंकल करांगे उपर अच्छी तरह उस तो बाद थोड़े चिली फ्लेक्स जो स्पाइसी नहीं खाते चिली फ्लेक्स ऑप्शनल ने तुसी पा सकते हैं बिना पाए भी तुसी कला ओरेगानो ना भी पा सकते हैं ब्लैक पेपर भी असीं ऐड कर सकते हैं वो भी कोई वो भी ऑप्शनल एज अ टेस्ट हुण बस साडा पिज़्ज़ा रेडी है हुण असीं इहनूं बस ग्रिल माइक्रोवेव ओवन में रखने जा रहे हैं इहनूं असीं हुण कुछ 10 to 12 minutes वास्ते ग्रिल मोड ते करके माइक्रोवेव नूं 10 to 12 minutes वास्ते ग्रिल करदे करांगे फिर जिद्दां ही इह बाहर आउंदा है तुहानूं असीं दिखाउंदे हां किद्दां दा बणिया है सो फ्रेंड इहनूं असीं हुण माइक्रोवेव नूं ग्रिल मोड ते करके इन्हों रखने जा रहे हैं बिल्कुल बेक वास्ते ग्रिल वास्ते बस होप आ कि यह बहुत ही वधिया चीज़ मेल्ट हो जूगा होप आ वधिया बन के बाहर निकलूगा इन ग्रिल मोड ते करके 10 minutes वास्ते पहला इन असी लगा देंगे फिर देखेंगे अगर चीज़ मेल्ट नहीं हो थोड़ी कमी पेशी है फिर असी थोड़ा 2 to 4 minutes होर ऐड कर देंगे हाँ जी फ्रेंड साडा पाओ पिज़्ज़ा पाओ बाइट्स जो पिज़्ज़ा बाइट्स बनाए थे बन के रेडी हो गया हम असं इन बाहर कट रहे हैं जिदा तुम देख सकते हो चीज़ प्रॉपर मेल्ट हो गया पूरा प्रॉपर पिज़्ज़े की लुक आ रही है हम असं दोवें साइडा एक्चुअली कुक कर लिया दो साइडा कट्टिया से ना पाओ दिया असं दोनों दो पिज़्ज़े बना ले पहले असं एक बना के वो छोटे छोटे पीस कर ले सैकेंड वाला है वो भी बहुत वधिया बनया से यह भी सेम ये भी बहुत बहुत प्रॉपर बनया है जिदा तुम देख सकते हो साडे पिज़्ज़ा बाइट्स बन के रेडी है बहुत ही वधिया बनिया ने क्रिस्पी बनिया ने उपरों भी पूरा प्रॉपर चीज़ मेल्ट हो गया नीचे भी प्रॉपर क्रिस्पी गोल्डन ब्राउन बनिया ने दो बनाए से असी एक अनकट है इन्हों भी असं अजे कट करने पीस आई पहला कर ले बहुत ही वधिया चीज़ ही बनिया ने जिदा तुम देख सकते हो बहुत ही वधिया टेस्ट मैंने टेस्ट भी बनिया ने बहुत ही प्रॉपर चीज़ भी मेल्ट हो गया सब कुछ प्रॉपर टेस्ट वाइज लुक वाइज सब कुछ वधिया बनया सो फ्रेंड्स तुहानूं साडी अज दी वीडियो किद्दां दी लगी अपने रिव्यूज अपने सुजैशनस कमेंट्स के थ्रू सानू दे सकते हैं साडे चैनल नू सबसक्राइब करो साडे वीडियोस नू लाइक शेयर करो सो थैंक यू वेरी मच फ्रेंड्स मिलते हैं नैक्सट वीडियो विच सी यू गाइस